ਇੱਕ ਚਲਦੀ ਕਾਰ ਦੇ ਉੱਪਰ ਕੰਟੇਨਰ ਪਲਟਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਗੱਡੀ ਦੀ ਛੱਤ ਜੋ ਹੈ ਉਹ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ ਤੇ ਇਸ ਦੇ ਵਿੱਚ ਸਵਾਰ ਮਾਂ ਬੇਟੀ ਨੂੰ ਵਾਲ ਵਾਲ ਬਚਾਇਆ ਗਿਆ। ਦਰਅਸਲ ਕਿਹਾ ਜਾ ਰਿਹਾ ਕਿ ਜਦੋਂ ਇੱਕ ਕਾਰ ਨੂੰ ਕੰਟੇਨਰ ਇਹ ਓਵਰਟੇਕ ਕਰ ਰਿਹਾ ਸੀ ਤਾਂ ਕੰਟੇਨਰ ਜੋ ਹੈ ਕਾਰ ਦੇ ਉੱਪਰ ਹੀ ਪਲਟ ਜਾਂਦਾ ਹੈ, ਹਾਲਾਂਕਿ ਜਿਸ ਤੋਂ ਬਾਅਦ ਇਸ ਦੇ ਵਿੱਚ ਸਵਾਰ ਮਾਂ ਬੇਟੀ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਕਾਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ, ਪਰ ਗਨੀਮਤ ਰਹਿੰਦੀ ਹੈ ਕਿ ਉਹਨਾਂ ਦੇ ਕੋਈ ਵੀ ਗੰਭੀਰ ਸੱਟ ਨਹੀਂ ਲੱਗੀ ਹੈ। ਪਰ ਹਾਦਸਾ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡਾ ਜ਼ਰੂਰ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਸਕ੍ਰੈਪ ਦਾ ਭਰਿਆ ਹੋਇਆ ਇੱਕ ਕੰਟੇਨਰ ਗੱਡੀ ਦੇ ਉੱਪਰ ਹੀ ਪਲਟ ਗਿਆ, ਉਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਾਲ ਵਾਲ ਮਾਂ ਬੇਟੀ ਦੀ ਜਾਨ ਬਚੀ ਹੈ। ਦਰਅਸਲ ਇਹ ਹਾਦਸਾ ਖੰਨਾ ਦੇ ਵਿੱਚ ਵਾਪਰਿਆ, ਜਿੱਥੇ ਕਿ ਇੱਕ ਕਾਰ ਜਦੋਂ ਨੈਸ਼ਨਲ ਹਾਈਵੇ 'ਤੇ ਜਾ ਰਹੀ ਸੀ ਅਤੇ ਉਸਦੇ ਉੱਪਰ ਅਚਾਨਕ ਹੀ ਇਹ ਕੰਟੇਨਰ ਪਲਟ ਗਿਆ। ਹਾਲਾਂਕਿ ਕੰਟੇਨਰ ਪਲਟਣ ਦੀ ਵਜ੍ਹਾ ਜੋ ਹੈ ਉਹ ਦੱਸੀ ਜਾ ਰਹੀ ਹੈ ਕਿ ਕੰਟੇਨਰ ਨੂੰ ਚਾਲਕ ਦੇ ਵੱਲੋਂ ਲੋਕ ਨਹੀਂ ਸੀ ਕੀਤਾ ਹੋਇਆ। ਭਾਅ ਜੀ, ਮੇਰੀ ਪਤਨੀ ਅਤੇ ਮੇਰੀ ਗੁੜੀਆ ਮੇਰੀ ਵਿਆਹ ਪੇਪਰ ਸੀਗਾ, ਸਕੂਲ ਗਏ ਸੀ PGPS, ਉਹ ਆਪਣਾ ਜਾ ਰਹੇ ਠੀਕ ਲੈਣ ਜਾ ਰਹੇ ਸੀਗੇ, ਪਿੱਛੇ ਜਿਹੜਾ ਟਰੱਕ ਵਾਲੇ ਨੇ ਓਵਰਟੇਕ ਕਰ ਰਿਹਾ ਸੀਗਾ, ਪਿੱਛੇ ਹਿੱਟ ਕਰਿਆ ਹੈਗਾ, ਹਿੱਟ ਕਰਦੇ ਕਰਦੇ ਟਾਇਰ ਨੂੰ ਘਸੀਟਦਾ ਹੀ ਲੈ ਗਿਆ ਉਹ, ਜਿਹਦੇ ਕਰਕੇ ਹਾਦਸਾ ਹੋਇਆ। ਠੀਕ ਨੇ? ਹਾਂ। ਕੌਣ-ਕੌਣ ਸੀ ਗੱਡੀ ਦੇ ਵਿੱਚ? ਮੇਰੀ ਮਿਸਿਜ਼ ਤੇ ਮੇਰੀ ਬੇਟੀ। ਡਰਾਈਵ ਕਰ ਰਹੀ ਤੁਹਾਡੀ ਮਿਸਿਜ਼? ਹਾਂ, ਮੇਰੀ ਡਰਾਈਵ ਕਰ ਰਹੀ ਸੀ। ਕੋਈ ਐਸੀ ਕੋਈ ਸੱਟ ਪੇੜ ਤੋਂ ਬਚਦੂ ਵੀ ਸਾਰੀ? ਹਾਂਜੀ। ਨਾਮ ਕੀ ਹੈ ਤੁਹਾਡੀ ਬੇਟੀ ਔਰ ਮਿਸਿਜ਼ ਦਾ? ਮੇਰੀ ਮਿਸਿਜ਼ ਨਾਮ ਹੈ ਰਿਚਾ ਗੁਪਤਾ, ਬੇਟੀ ਹੈ ਕਿਸਾਨ ਵੀ ਗੁਪਤਾ। ਪੇਪਰ ਦਵਾਉਣ ਚੱਲੇ ਸੀ? ਪੇਪਰ ਦਵਾਉਣ ਚੱਲੇ ਸੀ। ਕਿੰਨੀ ਏਜ ਹੈ ਬੇਟੀ ਦੀ? ਉਹਦੀ ਏਜ ਸਮਝ ਲਓ 16-15 ਸਾਲ। ਤੁਹਾਡੀ ਮਿਸਿਜ਼ ਦੀ? 40। ਬੇਟੀ ਕੰਟੇਨਰ ਚਲਾ ਰਹੇ ਆਪ? ਹਾਂਜੀ, ਮੈਂ ਡਰਾਈਵ ਕਰ ਰਿਹਾ ਸਰ। ਮੈਂ ਇਧਰ ਸੇ ਆਪਣਾ ਚਾਵੇ ਸੇ ਭਰ ਕੇ ਆ ਰਹਾ ਥਾ ਕੰਟੇਨਰ, ਔਰ ਮੈਂ ਆਪਣੀ ਲਾਈਨ ਸੇ ਜਾ ਰਹਾ ਥਾ। ਇੱਕ ਕੁੜੀ ਨਾ ਇੱਕ ਬੱਸ ਖੜੀ ਥੀ ਯਹਾਂ ਪੇ ਰੋਡਵੇਜ ਕਾ ਬੱਸ, ਔਰ ਵਹਾਂ ਸੇ ਕੁੜੀ ਉਸਕੋ ਬੱਸ ਕੋ ਓਵਰਟੇਕ ਕਰਕੇ ਨਾ ਡਾਇਰੈਕਟ ਆ ਕੇ ਅੰਦਰ ਹੀ ਘੁਸ ਗਈ। ਮੈਂ ਉਸਕੋ ਬਚਾਣੇ ਕੀ ਬਹੁਤ ਕੋਸ਼ਿਸ਼ ਕੀਆ, ਮੈਂ ਬਚਾਣੇ ਕੋਸ਼ਿਸ਼ ਕੀਆ, ਫੁੱਟਪਾਥ ਤੇ ਗਾੜੀ ਚੜਾ ਲਿਆ ਤਾਂ ਕਿ ਅਭੀ ਸੇ ਨਿਕਲ ਜਾਏ। ਉਹ ਹੋਪਲੈਸ ਹੋ ਗਈ, ਸਮਝ ਨਹੀਂ ਪਾਈ ਔਰ ਗੁਸਰਤੀ ਚਲੀ ਗਈ ਉਹ। ਬਚਾਤੇ ਮੈਂ ਡਿਵਾਈਡਰ ਪਰ ਪਹੁੰਚ ਗਿਆ, ਪਰ ਗਾੜੀ ਮੇਰਾ ਪਲਟੀ ਹੋ ਗਈ। ਮੇਨ ਰੋਡ ਦੇ ਉੱਪਰ ਚੜ੍ਹਦੇ ਹੋਏ ਹੋਏ? ਹਾਂਜੀ, ਉਹ ਉਧਰ ਸੇ ਆ ਕੇ ਫਿਰ ਮੇਨ ਰੋਡ ਤੋਂ ਚੜ੍ਹ ਰਹੀ ਸੀ ਉਹ, ਮੈਂ ਆਪਣੇ ਸਾਈਡ ਸੇ ਜਾ ਰਹਾ ਥਾ। ਠੀਕ ਹੋ ਆਪ? ਅਕੇਲੇ ਥੇ ਜਾਂ ਆਪਕੇ ਸਾਥ ਕੋਈ? ਮੈਂ ਅਕੇਲਾ ਥਾ ਸਰ। ਠੀਕ ਹੈ ਸਭ? ਹਾਂਜੀ, ਸਭ ਠੀਕ ਹੈ, ਉਹ ਵੀ ਠੀਕ ਹੈ, ਹਮ ਵੀ ਠੀਕ ਹੈ। ਕਹਾਂ ਸੇ ਆ ਰਹੇ ਥੇ? ਸਭ ਚਾਵੇ ਸੇ ਭਰ ਕੇ ਆ ਰਹੇ ਥੇ। ਕਹਾਂ ਪਰ ਜਾਣਾ? ਕਹਾਂ ਪਰ ਥਾ? ਮੰਡੀ ਜਾਣਾ ਸਰ। ਟੈਂਕਰ ਲੋਡਡ ਹੈ? ਹਾਂਜੀ ਲੋਡਡ ਹੈ। ਕੀ ਮਾਲ ਹੈ ਇਸਮੇ? ਇਸਮੇ ਸਕ੍ਰੈਪ ਹੈ। ਹਾਂਜੀ ਸਰ, ਕਿੱਦਾਂ ਇਹ ਹਾਦਸਾ ਹੋਇਆ ਸਰ? ਇਹ ਸਾਨੂੰ ਥੋੜ੍ਹੀ ਦੇਰ ਪਹਿਲਾਂ ਹੀ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਸਵਿਫਟ ਗੱਡੀ ਹੈ ਉਹ ਰੋਡ ਦੇ ਉੱਪਰ ਜਿਹੜੇ ਹੈਗਾ ਚੜ੍ਹਨ ਲਈ ਨੀਚੋਂ ਆ ਰਹੀ ਸੀ, ਖੰਨਾ ਸਾਈਡ ਤੋਂ ਗੋਬਿੰਦਗੜ੍ਹ ਸਾਈਡ ਨੂੰ ਜਾਣਾ ਸੀ। ਦੂਸਰੀ ਸਾਈਡ ਤੋਂ ਜਿਹੜਾ ਲੁਧਿਆਣੇ ਸਾਈਡ ਤੋਂ ਇੱਕ ਕੰਟੇਨਰ ਆ ਰਿਹਾ ਸੀਗਾ, ਜਿਹੜਾ ਅਚਾਨਚੱਕ ਕੰਟੇਨਰ ਆ ਪਲਟ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੋਡ ਬਲੌਕ ਸੀ, ਅਸੀਂ ਲਾ ਕੇ ਆਪਣੀਆਂ ਟੀਮਾਂ ਸਾਰੀਆਂ SSF ਦੀਆਂ ਟੀਮਾਂ ਨਾਲ ਲਾ ਕੇ ਰੋਡ ਨੂੰ ਜਿਹੜਾ ਕਲੀਅਰ ਕਰਤਾ, ਬਾਕੀ ਜਿਹੜੀ ਬਣਦੀ ਕਾਰਵਾਈ ਉਹ ਕਰ ਰਹੇ।